ਫਸਲਾਂ ਦੇ ਤਰੀਕੇ ਰੇਟ ਬਦਲ। ਮੇਰੀ ਬੇਨਤੀ ਸੁਣੋ, ਮੇਰੀ ਬੇਨਤੀ ਸੁਣੋ ਸਰਪੰਚ ਜੀ, ਪ੍ਰਧਾਨ ਜੀ, ਪ੍ਰਧਾਨ ਜੀ, ਮੇਰੇ ਕੋਲ ਪੰਜਾਬ ਦੇ ਪ੍ਰਧਾਨ ਜੀ ਨੇ ਗੱਲ ਸੁਣੋ, ਬਾਪੂ ਜੀ ਨੇ ਇੱਕ ਵਾਅਦਾ ਕੀਤਾ, ਬਾਪੂ ਜੀ ਨੇ ਵਾਅਦਾ ਕੀਤਾ, ਤੁਹਾਡੀ ਗੱਲ ਮੁਰਦਾਬਾਦ। ਮਜ਼ਦੂਰ ਏਕਤਾ ਜਿੰਦਾਬਾਦ, ਮਜ਼ਦੂਰ ਏਕਤਾ ਜਿੰਦਾਬਾਦ, ਮੁਰਦਾਬਾਦ ਬੀਜੇਪੀ ਮੁਰਦਾਬਾਦ। ਬੰਦੇ 50 ਕਿੱਲੇ ਵਾਲੇ ਤੁਹਾਡੇ ਵਾਲੇ ਬੰਦੇ ਖੜੇ ਆ, ਇੱਧਰ 2-4 ਕਿੱਲੇ ਵਾਲੇ। ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, 50 ਕਿੱਲੇ ਵਾਲੇ ਪੰਜਾਬ ਮੰਨ ਲਓ, ਸਾਰਾ ਟਰੱਕ ਲੱਗਿਆ ਇਹਨੂੰ ਸਮਝੋ। ਉਹ ਗੱਲ ਇਹ ਹੈ, ਉਹ ਤੁਹਾਡੇ ਇਹ ਮਸਲੇ ਤੁਸੀਂ ਮੌਕਾ ਤਾਂ ਦਿਓ, ਤੁਸੀਂ ਗੱਲ ਇਹ ਹੈ ਕਿ ਤੁਸੀਂ ਮਤਲਬ ਖਿਲਾਫ ਹੀ ਚੱਲੇ। ਤਸਵੀਰਾਂ ਗੁਰਦਾਸਪੁਰ ਲੋਕ ਸਭਾ ਹਲਕੇ ਦੀਆਂ ਹਨ, ਜਿੱਥੇ ਕਿ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦਾ ਜ਼ਿਕਰ ਫਿਰ ਤੋਂ ਕਿਸਾਨਾਂ ਨੇ ਵਿਰੋਧ ਕੀਤਾ ਹੈ। ਉਹ ਬਟਾਲਾ ਹਲਕੇ ਦੇ ਪਿੰਡ ਕਲੇਰ ਕਲਾਂ 'ਚ ਪਹੁੰਚੇ ਸਨ, ਜਿੱਥੇ ਕਿ ਕਿਸਾਨ ਯੂਨੀਅਨ ਨੇ ਉਹਨਾਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਹਨਾਂ ਨੂੰ ਰੋਕ ਕੇ ਸਵਾਲ ਵੀ ਪੁੱਛੇ ਅਤੇ ਕਾਲੀਆਂ ਝੰਡੀਆਂ ਵੀ ਦਿਖਾਈਆਂ। ਇਸ ਮੌਕੇ ਦਿਨੇਸ਼ ਸਿੰਘ ਬੱਬੂ ਨੇ ਵੀ ਕਿਸਾਨਾਂ ਦੀ ਗੱਲ ਸੁਣੀ ਅਤੇ ਉਹਨਾਂ ਦੇ ਜਵਾਬ ਦਿੱਤੇ। ਬਲਾਕ ਪ੍ਰਧਾਨ ਅੱਜ ਦੇਖੋ ਜੀ, ਇੱਥੇ ਆਪਣੀ ਚੋਣ ਰੈਲੀ ਕਰਨ ਆਏ ਸੀ ਦਿਨੇਸ਼ ਬੱਬੂ ਨੇ, ਅਸੀਂ ਉਹਨਾਂ ਦਾ ਵਿਰੋਧ ਕਰਨ ਆਏ ਹਾਂ ਕਾਲੇ ਝੰਡੇ ਵਿਖਾਲ ਕੇ, ਅਤੇ ਨਾਲ ਉਹਨਾਂ ਨਾਲ ਸਵਾਲ ਜਵਾਬ ਕਰਨ ਲਈ ਇੱਥੇ ਪਹੁੰਚੇ ਹਾਂ। ਉਹਨਾਂ ਨਾਲ ਸਵਾਲ ਜਵਾਬ ਹੋਏ ਆ, ਪਰ ਉਹਨਾਂ ਕੋਲ ਕੋਈ ਜਵਾਬ ਹੈ ਨਹੀਂ ਉਹਨਾਂ ਸਾਡੇ ਦੇਣ ਲਈ ਉਹਨਾਂ ਕੋਲ, ਕਿਉਂਕਿ ਅਸੀਂ ਪੁੱਛਿਆ ਵੀ ਹਰਿਆਣੇ ਦੇ ਬਾਰਡਰ 'ਤੇ ਤੁਸੀਂ ਕਿਉਂ ਲਾਏ, ਕਹਿੰਦੇ ਦਿੱਲੀ ਜਾਂਦੇ ਕਿਸਾਨ ਅਤੇ ਉੱਥੇ ਲਾ ਕਾਨੂੰਨ ਖਰਾਬ ਨਾ ਸੀ, ਵੀ ਅੱਗੇ ਸਾਲ ਬਹਿ ਗਿਆ ਉੱਥੇ, ਉੱਥੇ ਕੋਈ ਕਾਨੂੰਨ ਖਰਾਬ ਕੀਤਾ ਨਹੀਂ ਕਿਸਾਨਾਂ ਨੇ, ਤਾਂ ਹੁਣ ਕਿਹੜਾ ਖਰਾਬ ਕਰਨਾ ਸੀ, ਪਰ ਤੁਸੀਂ ਹੱਕ ਹੀ ਖੋਲਿਆ ਪੰਜਾਬ ਕੋਲ ਦਿੱਲੀ ਜਾਂਦਾ ਵੀ ਕਿਸਾਨ ਦਿੱਲੀ ਜਾ ਹੀ ਨਹੀਂ ਸਕਦਾ, ਇਸ ਕਰਕੇ ਉਹਨਾਂ ਕੋਲ ਇਹਨਾਂ ਗੱਲਾਂ ਦੇ ਜਵਾਬ ਹੀ ਹੈ ਨਹੀਂ। ਉਹਨਾਂ ਮੈਨੂੰ ਸਵਾਲ ਕੀਤਾ, ਉਹ ਸਾਰਿਆਂ ਨੂੰ ਇੱਕੋ ਸਵਾਲ ਕਰੀ ਜਾਂਦੇ ਵੀ ਪੰਜਾਬ 'ਚ ਫਸਲ ਕਿਹੜੀ ਬੀਜੀ ਜਾਂਦੀ, ਉਹਨਾਂ ਦੇ ਕਹਿਣ ਤੋਂ ਭਾਵ ਹੁੰਦਾ ਵੀ ਉੱਥੇ MSP ਮਿਲਦੀ ਆ, ਪਰ ਸਾਡਾ ਸਵਾਲ ਇਹ ਆ ਵੀ MSP ਸਿਰਫ 2 ਫਸਲਾਂ ਮਿਲਦੀ ਆ, ਤੈਅ ਤੁਸੀਂ 5 'ਤੇ ਕਰ ਦਿਓ, ਜਾਂ ਤਾਂ 5 'ਤੇ MSP ਦਿੱਤੀ ਜਾਵੇ ਅਤੇ ਜਾਂ ਤੁਸੀਂ ਤੈਅ ਕਰਨੀ ਛੱਡ ਦਿਓ। ਜਦੋਂ ਲੈਣੀ ਕਾਰਪੋਰੇਟ ਘਰਾਣਿਆਂ ਨੇ, ਪ੍ਰਾਈਵੇਟ ਅਦਾਰਿਆਂ ਨੇ ਹੀ ਖਰੀਦਣੀ ਆ, ਘੱਟ ਮੁੱਲ 'ਤੇ ਖਰੀਦਣੀ ਆ ਫਸਲ, ਅਤੇ ਫਿਰ ਉਹਨੂੰ MSP ਘੋਸ਼ਿਤ ਕਰਨ ਦਾ ਕੀ ਫਾਇਦਾ ਵਾ। ਅੱਜ ਵੇਖੋ ਜੀ, ਅਸੀਂ ਉਹਨਾਂ ਨੂੰ ਜਿਹੜੇ ਸਾਡੇ ਆਏ ਸੀ ਆਪਣੇ ਕੈਂਡੀਡੇਟ ਖਿਲਾਰੇ ਇਹਨਾਂ ਨੇ MPJ ਵਾਲੇ, ਉਹ ਬੱਬੂ ਜੀ, ਉਹਨਾਂ ਨੇ ਇਹ ਦੱਸਿਆ ਕਿ ਜਿਹੜੇ ਕਿਸਾਨਾਂ ਜਿਹੜੇ ਅਸੀਂ ਜਦੋਂ ਤੁਹਾਨੂੰ ਪਹਿਲੀ ਵਾਰ ਤੁਹਾਡੀ ਸਰਕਾਰ ਲੈ ਕੇ ਆਏ ਹਾਂ, ਇਹਨਾਂ ਕਿਹਾ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਅਸੀਂ ਬਹੁਤ ਵਧੀਆ ਮਾਹੌਲ ਹੈ ਜੀ, ਠੀਕ ਹੈ, ਕਿਸਾਨ ਪਰਿਵਾਰਾਂ ਨਾਲ ਬੈਠਣਾ ਜੀ, ਵੀਰਾਂ ਨਾਲ ਮੇਰੀ 2-3 ਵਾਰੀ ਗੱਲ ਪਹਿਲੇ ਵੀ ਹੈ, ਅੱਜ ਵੀ ਵਧੀਆ ਗੱਲਬਾਤ ਹੋਈ ਹੈ, ਕੋਈ ਗੱਲ ਨਹੀਂ, ਅਸੀਂ ਇਹ ਆਪਣੇ ਪਰਿਵਾਰ 'ਚੋਂ ਇਹਨਾਂ ਦਾ ਅਸੀਂ ਸਾਥ ਦੇ ਦਿੰਦੇ ਹਾਂ, ਇਹਨਾਂ ਦੀ ਗੱਲ ਵੀ ਰੱਖਾਂਗੇ, ਜਿਹੜੀ ਕੋਈ ਮੁਝਦਾ ਮੁਸ਼ਕਿਲ ਹੈ ਉਹ ਗੱਲ ਰੱਖਾਂਗੇ। ਓਵਰਆਲ ਸਥਿਤੀ ਬਹੁਤ ਵਧੀਆ ਜੀ, ਤੁਸੀਂ ਲੋਕਾਂ ਦੇ ਜਾਓ, ਲੋਕਾਂ ਦੇ ਮਨ 'ਚ ਹੋਏ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨਾ ਚਾਹੀਦੇ, ਔਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਨੇ, 100% ਬਣ ਰਹੇ। ਇਸ ਤਰੀਕੇ ਨਾਲ ਦਿਨ ਪ੍ਰਤੀ ਦਿਨ ਚੋਣ ਪ੍ਰਚਾਰ ਵੀ ਵੱਧਦਾ ਪਿਆ, ਲੋਕਾਂ ਦਾ ਰੁਝਾਨ, ਲੋਕਾਂ ਦੇ ਕਿਸ ਤਰ੍ਹਾਂ ਦੇ ਜਿਹੜੇ ਆ, ਲੋਕ ਇਹ ਚਾਹੇ ਕਰਦੇ ਕਿ ਪੰਜਾਬ ਦਾ ਭਲਾ ਹੋਏ, ਪੰਜਾਬ 'ਚ BJP ਸਰਕਾਰ ਆਏ। ਰਣਜੋਤ ਸਿੰਘ ਦਾ ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੇ ਨਾਲ, ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।